ਕਹਿੰਦਾ ਬਾਈ ਵੜਾ ਪਾਓ ਖਾ ਕੇ ਜਾਣਾ ਇੱਥੋਂ ਦਾ ਮਸ਼ਹੂਰ। ਸੂਰਤ ਸ਼ਹਿਰ ਦਾ ਬਾਈ ਕੋਈ ਮੁਕਾਬਲਾ ਨਹੀਂ। ਆਰਾਮ ਸੇ ਮੈਂ ਡਰਤਾ ਹੂੰ। ਕਰੋ ਦਰਸ਼ਨ ਬਾਈ ਗੁਰਦੁਆਰਾ ਸਾਹਿਬ ਦੇ, ਰਾਹ ਦੱਸਿਆ ਉਹ ਵੀ ਇੰਨੀ ਇੱਜ਼ਤ ਨਾਲ, ਜ਼ਿੰਦਗੀ 'ਚ ਪਹਿਲੀ ਵਾਰੀ ਸਮੁੰਦਰ ਦਾ ਕਿਨਾਰਾ ਦੇਖਿਆ, ਬੀਚ ਤੇ ਸਨਰਾਈਜ਼ ਦਾ ਨਜ਼ਾਰਾ, ਰਾਤ ਨੂੰ ਸੂਰਤ ਸ਼ਹਿਰ ਦੀਆਂ ਰੌਣਕਾਂ। ਔਰ ਅੱਛੀ ਚਲਤੀ ਹੈ ਜ਼ਿੰਦਗੀ। ਆਓ ਅੱਛੀ ਚਲਤੀ, ਬੜੀ ਐਸਾ। ਹਾਂਜੀ ਬਾਈ, ਸਵਾਗਤ ਕਰਦਾ ਤੁਹਾਡਾ ਆਪਣਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਹੁਣ ਆਪਾਂ ਹੈਗੇ ਹਾਂ ਜੀ ਸਟੇਟ ਗੁਜਰਾਤ, ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਵਿੱਚ ਹਾਂ। ਕੱਲ੍ਹ ਆਪਾਂ ਇੱਥੇ ਗੁਰਦੁਆਰਾ ਵਿੱਚ ਸਟੇਅ ਕੀਤੀ ਸੀ ਅਤੇ ਹੁਣ ਆਪਾਂ ਹੋ ਗਏ ਬਿਲਕੁਲ ਰੈਡੀ ਅਗਲੇ ਸਫ਼ਰਾਂ ਵੱਲ, ਵਰਾਨਗੀ ਕਰਦੇ ਹਾਂ। ਆਪਾਂ ਜਾ ਰਹੇ ਹਾਂ ਸਾਊਥ ਇੰਡੀਆ ਦੇ ਟੂਰ 'ਤੇ। ਅੱਜ ਦੀ ਸਟੇਅ ਸ਼ਾਇਦ ਜਿਹੜੀ ਹੋਊਗੀ ਉਹ ਸੂਰਤ ਸ਼ਹਿਰ ਦੀ ਹੋਊਗੀ। ਮੁੰਬਈ ਤੋਂ 200 ਕਿਲੋਮੀਟਰ ਪਿੱਛੇ ਆ ਸ਼ਹਿਰ, ਅਤੇ ਤੁਸੀਂ ਵਲੌਗ ਨਾਲ ਜੁੜੇ ਰਹੋ, ਤੁਹਾਨੂੰ ਬਹੁਤ ਘੈਂਟ ਘੈਂਟ ਚੀਜ਼ਾਂ ਵਿਖਾਵਾਂਗੇ ਵਡੋਦਰਾ ਸ਼ਹਿਰ ਦੀਆਂ ਅਤੇ ਸੂਰਤ ਸ਼ਹਿਰ ਦੀਆਂ। ਹਾਂਜੀ ਬਈ, ਆਪਣਾ ਬੁਲਟ ਆ ਜਿਹੜਾ ਇਹ ਪੂਰਾ 1800 ਕਿਲੋਮੀਟਰ ਚੱਲ ਗਿਆ। ਮੈਂ ਕਿਹਾ ਜਿਹੜੀ ਚੈਨ ਵਾਲੀ ਸਪਰੇ ਆ ਉਹ ਮਾਰ ਦਈਏ ਅਤੇ ਇੰਨੇ ਨਾਲ ਚੈਨ ਆ ਜਿਹੜੀ ਉਹ ਕਲੀਨ ਹੋ ਜੂਗੀ। ਮਤਲਬ ਵੀ ਐਂ ਆ, ਇੰਜਨ 'ਚ ਕੋਈ ਮਿੱਟੀ ਮੁੱਟੀ ਨਹੀਂ ਜਾਂਦੀ, ਨਾ ਇਹ ਚੈਨ ਥੋੜ੍ਹੀ ਜਿਹੀ ਜਿਵੇਂ ਮੋਗਲੈਲ ਲਾਇਆ ਹੁੰਦਾ, ਜੇ ਮੋਗਲੈਲ ਲਾ ਦਈਏ ਫਿਰ ਛਿੱਟੇ ਪੈਂਦੇ ਆ, ਇਸੇ ਕਰਕੇ ਆ ਸਪਰੇ ਬੈਸਟ ਆ। ਇਹ ਮਾਰ ਦਈਏ, 2000 ਕਿਲੋਮੀਟਰ ਬਾਅਦ ਫਿਰ ਮਾਰ ਦਾਂਗੇ। ਚਾਹੁੰਦੇ ਜਾਣਦੇ ਥੋੜ੍ਹੀ ਜਿਹੀ ਹੋਰ ਮਾਰਦਾ ਇਹ ਵਾਹਵਾ ਕਿਲੋਮੀਟਰ ਚੱਲ ਗਿਆ ਸੀਗਾ, ਸਪਰੇ ਮਾਰਨੀ ਚਾਹੀਦੀ ਸੀ। ਸੁਬਹਾ ਦਾ ਜਿਹੜਾ ਖਾਣਾ ਜੋ ਆਪਣੀ ਹੈਗੀ ਆ ਪਨੀਰ ਪੈਟੀ, ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਬੰਨਦਾ ਸਮਾਂ ਉਹ ਥੋੜ੍ਹਾ ਜਿਹਾ ਲੇਟ ਸੀਗਾ, ਆਪਾਂ ਅਗਲੇ ਸਫ਼ਰ ਵੱਲ ਰਵਾਨਾ ਹੋਣਾ ਸੀ ਤਾਂ ਕਰਕੇ ਇੱਥੇ ਆ ਗਏ। ਵਡੋਦਰਾ ਵਿੱਚ ਕੋਈ ਸੀਗਾ ਵੇਖਣ ਨੂੰ, ਇਸੇ ਕਰਕੇ ਹੁਣ ਆਪਾਂ ਜਿਹੜਾ ਐਕਸਪ੍ਰੈਸ ਹਾਈਵੇ ਜਾਂਦਾ ਸੂਰਤ ਨੂੰ, ਸੂਰਤ ਤੋਂ ਬਾਅਦ ਜਿਹੜਾ ਸਿੱਧਾ ਸ਼ਹਿਰ ਆਉਂਦਾ ਉਹ ਆਉਂਦਾ ਮੁੰਬਈ, ਆਪਾਂ ਸੂਰਤ ਵਾਲੇ ਹਾਈਵੇ 'ਤੇ ਪਾ ਲਿਆ। ਸੂਰਤ ਇੱਥੋਂ ਸਿਰਫ ਹੈਗਾ 130 ਕਿਲੋਮੀਟਰ ਦੂਰ, ਬਸ ਜਲਦ ਪਹੁੰਚਦੇ ਹਾਂ। 12 ਵਜੇ ਦਾ ਸਮਾਂ, 3 ਵਜੇ ਨੂੰ ਪਹੁੰਚ ਜਾਵਾਂਗੇ, 4 ਵਜੇ ਨੂੰ। ਹਾਂਜੀ ਬਾਈ, ਆਪਾਂ ਸੂਰਤ ਤੋਂ 70 ਕਿਲੋਮੀਟਰ ਪਿੱਛੇ ਹਾਂ ਜੀ, ਅਤੇ ਮੁੰਬਈ ਤੋਂ ਹੈਗੇ ਹਾਂ 350 ਕਿਲੋਮੀਟਰ ਪਿੱਛੇ। ਗੁਰਦੁਆਰਾ ਸਾਹਿਬ ਆਇਆ ਅਤੇ ਬਾਈ ਇੱਥੇ ਪੀ ਪੀ ਵਾਲੇ ਟਰੱਕ ਬਹੁਤ ਖੜ੍ਹੇ ਆ, ਪੀ ਪੀ ਹਰਿਆਣਾ ਨੰਬਰ, ਐੱਚ ਪੀ ਹਿਮਾਚਲ ਪ੍ਰਦੇਸ਼। ਅਤੇ ਅਸੀਂ ਕਿਹਾ ਵੀ ਗੁਰਦੁਆਰਾ ਸਾਹਿਬ ਆਇਆ ਤਾਂ ਕਰਕੇ ਆਪਾਂ ਇੱਥੇ ਮੱਥਾ ਟੇਕ ਕੇ ਫਿਰ ਅਗਲੇ ਆਪਾਂ ਜਿਹੜੇ ਸਫ਼ਰ ਵੱਲ ਆ ਉਹ ਵਧੀਏ। ਮਤਲਬ ਗੁਰਦੁਆਰਾ ਪੜ੍ਹਦੇ ਹਾਂ, ਗੁਰਦੁਆਰਾ ਇਤਿਹਾਸਿਕ ਆ ਕਿ ਕਿਵੇਂ। ਇਸ ਗੁਰਦੁਆਰੇ ਬਾਰੇ ਪੜ੍ਹ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਇਹ ਗੁਰਦੁਆਰਾ ਸਾਹਿਬ ਆ ਜਿਹੜਾ ਉਹ ਬੜੂਚ ਸ਼ਹਿਰ ਦਾ ਗੁਰਦੁਆਰਾ, ਜਿਹੜਾ NH 48 ਹਾਈਵੇ ਉਹ ਇਹਦੇ ਸਾਹਮਣੇ ਦੀ ਗੁਜ਼ਰਦਾ। ਜਦੋਂ ਤੁਸੀਂ ਵੀ ਕਿਤੇ ਬੰਬੇ ਵਾਲੀ ਸਾਈਡ ਜਾਓ ਤਾਂ ਜ਼ਰੂਰ ਗੁਰਦੁਆਰੇ ਦੇ ਦਰਸ਼ਨ ਦੀਦਾਰੀ ਕਰਕੇ ਜਾਓ। ਜਿਹੜਾ ਮੇਨ ਇਤਿਹਾਸਿਕ ਗੁਰਦੁਆਰਾ ਉਹ ਬੜੂਚ ਸ਼ਹਿਰ ਦੇ ਵਿੱਚ ਆ, ਰਾਈਆ ਕੋਈ ਜਾਂਦਾ ਉਹ ਰੁਕ ਕੇ ਜਾਵੇ, ਇੱਥੇ ਦਰਸ਼ਨ ਕਰਕੇ ਜਾਵੇ, ਉਹਦੇ ਲਈ ਲੰਗਰ ਛਕ ਕੇ ਜਾਵੇ। ਸ਼ਹਿਰ
ਸ਼ੇਰ ਨੇ ਸਵਾਗਤ ਕੀਤਾ ਬਾਈ ਜ਼ੋਰਦਾਰ ਤਾੜੀਆਂ। ਬਹੁਤ ਪਿਆਰ ਮਿਲਿਆ ਬਾਈ, ਤੁਸੀਂ ਆ ਬਾਈ ਨੂੰ ਦੇਖਿਓ। ਇਸ ਤੋਂ ਬਾਅਦ ਬਾਈ ਨੇ ਬਹੁਤ ਇੱਜ਼ਤ ਮਾਣ ਕੀਤਾ ਸਾਡਾ, ਪਹਿਲਾਂ ਰਸਤਾ ਦੱਸਦਾ ਦੱਸਦਾ, ਫਿਰ ਬਾਈ ਕਹਿੰਦਾ ਤੁਸੀਂ ਮੇਰੇ ਮਗਰ ਆਓ, ਤੁਹਾਨੂੰ ਮੈਂ ਬੜਾ ਪਾਉਂ ਖਵਾ ਕੇ ਲਿਆਉਣਾ। ਬਾਈ ਆਪਾਂ ਸੂਰਤ ਸਿਟੀ 'ਚ ਪਹੁੰਚ ਗਏ ਸੀਗੇ ਅਤੇ ਸੂਰਤ ਤੋਂ ਜਿਹੜਾ ਵੈਸਟ ਵਾਲਾ ਸਾਈਡ ਆ ਉਹ ਉੱਧਰ ਸਮੁੰਦਰ ਲੱਗਦਾ, ਅਤੇ ਹੁਣ ਆਪਾਂ ਸਮੁੰਦਰ ਵਾਲੇ ਪਾਸੇ ਜਾਂਦੇ ਸੀ, ਡੂਮਸ ਪਿੰਡ ਆ ਕੋਈ, ਉਹ ਜਮ੍ਹਾਂ ਸਮੁੰਦਰ ਦੇ ਨਾਲ ਲੱਗਦਾ, ਉੱਧਰ ਬਾਈਕ ਆ ਜਿਹੜੀ ਉੱਧਰ ਨੂੰ ਪਾ ਦਿੱਤੀ ਆ। ਇਹ ਆ ਪਿਆਰ, ਜਿਵੇਂ ਕਹਿੰਦੇ ਆ ਪੰਜਾਬੀਆਂ ਨੂੰ ਸਾਰੇ ਬਹੁਤ ਪਿਆਰ ਕਰਦੇ ਆ, ਪਰ ਪਿਆਰ ਕਰਾਉਣ ਦੇ ਇਹ ਆ ਪਿਆਰ, ਕਹਿੰਦੇ ਪੰਜਾਬੀਆਂ ਨੂੰ ਬਹੁਤ ਸਾਰਾ ਪਿਆਰ ਮਿਲਦਾ ਅਤੇ ਇਵੇਂ ਹੀ ਸਾਡੇ ਨਾਲ ਹੋ ਰਿਹਾ। ਇਹ ਵੀਰ ਅਸੀਂ ਇਸ ਟਾਈਮ ਰੁਕੇ ਹੋਏ ਹਾਂ ਸੂਰਤ ਦੇ ਵਿੱਚ, ਅਤੇ ਪਹਿਲਾਂ ਤਾਂ ਸਾਨੂੰ 5-6 ਕਿਲੋਮੀਟਰ ਤੋਂ ਨਾਲ ਲੈ ਕੇ ਆਏ ਨੇ, ਇਹਨਾਂ ਨੇ ਸਾਰਾ ਰਸਤਾ ਵੀ ਦੱਸਿਆ, ਅਤੇ ਹੁਣ ਕਹਿੰਦੇ ਵੀ ਅਸੀਂ ਤੁਹਾਨੂੰ ਖਾਣ ਤੋਂ ਬਿਨਾਂ ਕੁਛ ਜਾਣ ਨਹੀਂ ਦੇਣਾ। ਅਤੇ ਆਪਾਂ ਅੱਗੇ ਇੱਕ ਲੇਕ 'ਤੇ ਜਾ ਰਹੇ ਹੈਗੇ ਹਾਂ, ਸੂਰਤ ਦੇ ਵਿੱਚ ਜਿਹੜੀ ਲੇਕ ਹੈ ਡੂਮਸ ਲੇਕ, ਅਤੇ ਇਹ ਵੀਰ ਨੇ ਵੇਖੋ ਵੀ ਸਾਨੂੰ ਪਹਿਲਾਂ ਤਾਂ ਪਹਿਚਾਣ ਲਿਆ, ਅਤੇ ਹੁਣ ਸਾਨੂੰ ਹਰ ਕੋਈ ਜਿਹੜਾ ਵੀ ਮਿਲਦਾ ਇੰਨਾ ਜ਼ਿਆਦਾ ਪਿਆਰ ਬਖਸ਼ਦਾ ਪਿਆ। ਲਓ ਜੀ ਬਾਈ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਬਾਈ ਯਾਰ, ਬਹੁਤ ਇਨਸਾਨੀਅਤ ਆ ਯਾਰ ਤੁਹਾਡੇ 'ਚ ਯਾਰ, ਹੈ ਨਾ, ਬਹੁਤ ਪਿਆਰ ਮਿਲਦਾ ਯਾਰ ਗੁਜਰਾਤ 'ਚ, ਹੈ ਨਾ। ਬਾਈ ਗੁਜਰਾਤ 'ਚ ਬਹੁਤ ਜ਼ਿਆਦਾ ਪਿਆਰ ਮਿਲਿਆ, ਕਿਉਂਕਿ ਇੱਥੇ ਵੀ ਜਿਹੜਾ ਇਨਸਾਨ ਉਹ ਮਿਲਿਆ ਸੀ ਬਹੁਤ ਰੱਬ ਰੂਪੀ ਬੰਦਾ ਸੀਗਾ। ਹੁਣ ਆਪਾਂ ਜਾ ਰਹੇ ਹਾਂ ਡੂਮਸ ਬੀਚ ਵੱਲ, ਉੱਥੇ ਗਾਉਂ ਜਾਊਗਾ ਇੱਕ, ਅਤੇ ਉਹ ਟੱਪ ਕੇ ਤੋਂ ਬਾਅਦ ਬੀਚ ਆ, ਸਮੁੰਦਰ ਦੇ ਦਰਸ਼ਨ ਕਰਾਉਂਦੇ ਹਾਂ, ਜਲਦ ਜੁੜੇ ਰਹੋ। ਬਿਲਡਿੰਗ ਦੇਖੋ ਬਾਈ, ਬਿਲਡਿੰਗ ਆਏ ਹਾਏ ਹਾਏ, ਇਹ ਆ ਬਾਈ ਸੂਰਤ ਸਿਟੀ ਦਾ ਹਵਾਈ ਅੱਡਾ। 1-2-3 ਆਹ ਵੇਖੋ ਬਾਈ, ਇਹ ਹਜੇ ਮਤਲਬ ਆਪਾਂ ਨਾਲ ਨਾਲ ਦੀ ਬੀਚ ਦੇ ਆਪਾਂ ਜਿਹੜਾ ਪਾਇਆ ਮੋਟਰਸਾਈਕਲ, ਠੀਕ ਆ, ਜਿਹੜਾ ਬੀਚ ਦਾ ਪੁਆਇੰਟ ਆ ਉਹ ਅੱਗੇ ਆ ਜਿੱਥੋਂ ਐਂਟਰੈਂਸ ਆ, ਅਤੇ ਆਹ ਮੂਹਰੇ ਗਾਰ ਜੀ ਤੁਸੀਂ ਦੇਖ ਸਕਦੇ ਹੋ, ਆਹ ਤਾਂ ਆਹ ਪੱਥਰਾਂ 'ਤੇ ਖੜੇ ਹਾਂ ਆਪਾਂ, ਆਹ ਪੱਥਰਾਂ 'ਤੇ ਖੜੇ ਹਾਂ, ਅਤੇ ਆਹ ਵੇਖੋ ਪੁਆਇੰਟ। ਮੈਂ ਤਾਂ ਬਾਈ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਬੀਚ ਇਹ ਵੇਖੀ ਆ, ਮਤਲਬ ਸਮੁੰਦਰ ਦੇ ਪਾਸੇ ਧਰਤੀ ਜਿਹੜੀ ਥਾਲ ਆ ਉਹ ਖਤਮ ਹੁੰਦਾ, ਅਤੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ। ਦਰਅਸਲ ਕਿ ਇੱਥੇ ਥੋੜ੍ਹਾ ਜਿਹਾ ਪਾਣੀ ਘੱਟ ਆ, ਇਹ ਸੂਰਤ ਦੀ ਬੀਚ ਆ, ਸੂਰਤ ਵੈਸਟ ਵਾਲੀ ਸਾਈਡ ਵਾਲੀ ਬੀਚ ਆ ਸੂਰਤ ਦੀ, ਇਹ ਹਜੇ ਪੂਰਾ ਐਗਜੈਕਟ ਨਹੀਂ, ਐਗਜੈਕਟ ਪੁਆਇੰਟ 'ਤੇ ਆਪਾਂ ਚੱਲਦੇ ਹਾਂ। ਤੁਹਾਡਾ ਇੰਤਜ਼ਾਰ ਪੂਰਾ ਆਪਾਂ ਮੰਗਾ ਦਿੱਤਾ, ਵੇਖੋ ਭਾਈ ਕਿਵੇਂ ਲੱਗਦਾ ਇਹ ਪੁਆਇੰਟ, ਮਤਲਬ ਮੈਪ ਦੇ ਉੱਪਰ ਸ਼ੋਅ ਹੋ ਰਿਹਾ ਸੀਗਾ। ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ, ਬੈਠਣ ਨੂੰ ਕੁਰਸੀਆਂ ਲੱਗੀਆਂ, ਅਤੇ ਮੂਹਰੇ ਬੀਚ ਦਾ ਆਨੰਦ ਆ। ਪਰ ਇੱਕ ਗੱਲ ਕਿ ਪਾਣੀ ਨਹੀਂ ਉਹ ਵਿੱਚ ਪੂਰਾ ਬਰਾਬਰ ਇੱਧਰ ਨੂੰ ਡਿੱਗਿਆ, ਅਤੇ ਮੂਹਰੇ ਗਾਰ ਜੀ ਬਣੀ ਪਈ ਆ, ਗਾਰ ਜੀ ਆ ਮੂਹਰੇ, ਪਾਣੀ ਆ ਜਿਹੜਾ ਉਹ ਵਾਹਵਾ ਪਿੱਛੇ ਆ, ਐ ਮੂਹਰੋਂ ਸਾਫ਼ ਪਿਆ। ਤੁਸੀਂ ਦੇਖ ਸਕਦੇ ਹੋ ਇੱਧਰ ਦੁਕਾਨਾਂ ਦੁਕਾਨਾਂ, ਜੇ ਕੁਛ ਲੈਣਾ ਹੋਵੇ ਤਾਂ ਇੱਧਰ ਵੀ ਕੋਈ ਇੰਨਾ ਨਹੀਂ ਉਹ ਸਿਸਟਮ। ਆਹ ਖੰਭੇ ਜੇ ਆ, ਖੰਭੇ ਤੋਂ ਤਾਂ ਇੰਡੀਆ ਪਤਾ ਲੱਗਦਾ ਵੀ ਇੰਡੀਆ ਇਹ, ਹੈ ਨਾ। ਅਤੇ ਸਫਾਈ ਜੇ ਕਹੀਏ ਬੀਚ ਦੀ, ਮੈਨੂੰ ਤਾਂ ਲੱਗਦਾ ਨਹੀਂ ਸਫਾਈ ਇਹਦੀ ਆ, ਬਾਕੀ ਤੁਹਾਨੂੰ ਪਤਾ ਹੀ ਆ ਤੁਹਾਡੇ ਸਾਹਮਣੇ ਆ, ਹੈ ਨਾ। ਇਹ ਸੂਰਤ ਦੀ ਬੀਚ ਆ ਬਾਈ ਗੁਜਰਾਤ ਦੀ, ਠੀਕ ਆ, ਅਤੇ ਉਹ ਵੀ ਤੁਸੀਂ ਦੇਖ ਸਕਦੇ ਹੋ, ਤੱਟ 'ਤੇ ਇੱਕ ਮੰਦਰ ਵੀ ਬਣਿਆ ਹੋਇਆ, ਅਤੇ ਪਾਣੀ ਹੈ ਨਹੀਂ ਮੂਹਰੇ ਜਮ੍ਹਾਂ ਵੀ। ਬੰਬੇ ਦੀਆਂ ਬੀਚਾਂ ਤੁਸੀਂ ਵੇਖਿਓ ਅਗਲੇ ਵਲੌਗਾਂ 'ਚ, ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਉਹ ਵੇਖ ਕੇ। ਮਿੱਤਰੋ, ਗਾੜੀ ਹਮਨੇ ਯਹਾਂ ਪਾਰਕ ਕਰ ਦੀ, ਗਾੜੀ ਬੋਲਤੇ ਹੈ ਜੀ, ਇੱਥੇ ਲੱਗਦਾ ਬਾਈ ਆਪਣਾ ਬੁਲਟ, ਅਤੇ ਹੁਣ ਆਪਾਂ ਆ ਗਏ ਡੂਮਸ ਬੀਚ 'ਤੇ। ਇੱਥੇ ਤਾਂ ਮੈਂ ਕਹਿੰਦਾ ਯਾਰ ਰੌਣਕਾਂ ਹੀ ਲੱਗੀਆਂ ਪਈਆਂ ਚਾਰੇ ਪਾਸੇ, ਤੁਸੀਂ ਚੈੱਕ ਕਰੋ ਮਾਹੌਲ, ਸਿਰਾ ਹੀ ਲੱਗਿਆ ਪਿਆ।
ਤੇ ਇੱਧਰਲੀ ਸਾਈਡ ਮੰਦਰ ਆ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਪਿਛਲੀ ਵੀਡੀਓ ਦੇ ਵਿੱਚ। ਤੇ ਇੱਥੇ ਆ ਵੀ ਬੋਤੇ ਵਾਲੀ ਸਵਾਰੀ ਕਰ ਸਕਦੇ ਹੋ, 4x4 ਜਿਹੜਾ ਭੀੜਾ ਜਿਹਾ ਹੁੰਦਾ ਹਿੱਲ ਕਲਿੰਬ ਗਈਆਂ 'ਚ ਉਹ ਕਰ ਸਕਦੇ ਹੋ, ਅਤੇ ਉੱਥੇ ਉਹ ਜਿਹੜੇ ਮੇਲਿਆਂ 'ਚ ਹੁੰਦੇ ਆ ਪੰਜਾਬ 'ਚ ਉਹ ਉੱਤੇ ਵੜਕਣ ਵਾਲੇ ਜਵਾਕਾਂ ਜਿਹਾਂ ਦੀ ਉਹ ਉੱਥੇ ਆਨੰਦ ਲੈ ਸਕਦੇ ਹਾਂ। ਵੀ ਦਾ ਜਿਹੜਾ ਪਾਣੀ ਆ ਉਹ ਤਾਂ ਸੁੱਕਿਆ ਪਿਆ ਯਾਰ, ਉਹ 'ਤੇ ਤਾਂ ਪਗਲੇ ਫਿਰਦੇ ਆ, ਕਮਾਲ ਦੀ ਗੱਲ। ਚੱਲ ਫਿਰ ਵੀ ਤੁਸੀਂ ਵਧੀਆ ਆਨੰਦ ਲਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਵਲੌਗ ਨਾਲ ਜੁੜੇ ਰਹੋ, ਜਿੱਥੇ ਜਿੱਥੇ ਘੈਂਟ ਘੈਂਟ ਚੀਜ਼ਾਂ ਹੋਊਗੀਆਂ ਉੱਥੇ ਤੁਹਾਨੂੰ ਜ਼ਰੂਰ ਦਿਖਾਵਾਂਗੇ। ਆ ਗਿਆ ਬਈ ਰਾਜਾ ਸਰਮਾਟ ਰਾਜਾ ਸਰਮਾਟ ਸੀਗਾ। ਅਤੇ ਆਪਾਂ ਹੁਣ ਥੋੜ੍ਹੀ ਜਿਹੀ ਅੱਗੇ ਆ ਗਏ, ਤੁਰ ਕੇ ਆਨੰਦ ਲੈ ਰਹੇ ਹਾਂ। ਅਤੇ ਉੱਪਰ ਦੀ ਘੋ ਕੇ ਫਿਰ ਆਪਾਂ ਬਾਈਕ ਲੈ ਕੇ ਆਪਾਂ ਅਗਲੇ ਸਫ਼ਰਾਂ ਵੱਲ ਰਵਾਨਗੀ ਕਰਾਂਗੇ। ਹਾਂਜੀ ਕਿਵੇਂ ਆਇਆ ਨੀ ਯਾਰ? ਹਾਂਜੀ ਬਾਈ, ਉਹ ਬਾਈ ਹੌਲੀ, ਬਾਈ ਬਾਈ ਹੌਲੀ ਯਾਰ, ਆਰਾਮ ਸੇ, ਮੈਂ ਡਰਤਾ ਹੂੰ। ਹਾਂ ਚੱਲ ਮੇਰੇ ਘੋੜੇ। ਸੂਰਤ ਸ਼ਹਿਰ ਦੇ ਆ ਨਜ਼ਾਰੇ ਆ ਬਾਈ, ਇਹ ਬਹੁਤ ਘੈਂਟ ਸ਼ਹਿਰ ਆ। ਇੱਧਰ ਬਾਈ ਜੀ ਬੀਚ ਦਿਖਾਇਓ ਮਾੜੀ ਜੀ, ਬੀਚ ਦਾ ਵਿਊ ਪੁਆਇੰਟ ਮਾੜਾ ਜਿਹਾ ਦਿਖਾਇਓ ਇਹਨਾਂ ਨੂੰ। ਪਰ ਬੀਚ ਦੇ ਜਿਹੜਾ ਪਾਣੀ ਆ ਉਹ ਬਾਹਲਾ ਪਿੱਛੇ ਨੂੰ ਆ, ਹੋਰ ਨਹੀਂ ਕੋਈ ਚੱਕਰ। ਬਾਕੀ ਆਨੰਦ ਲੈ ਰਹੇ ਹਾਂ ਪੂਰਾ, ਦੋਵੇਂ ਟੂਰ ਨੂੰ ਇੰਜੋਏ ਕਰ ਰਹੇ ਹਾਂ ਭਰਾ। ਅਤੇ ਆਹ ਵੇਖੋ, ਠੱਕ ਠੱਕ ਐਂ ਤੁਰਦਾ, ਵਧੀਆ ਨਜ਼ਾਰਾ ਆ ਰਿਹਾ। ਭਜਾ ਦੇ ਜੇ ਭਜਾਉਣਾ ਤਾਂ ਮਾੜਾ ਜਿਹਾ, ਬਗਾ ਦਿਓ, ਬਗਾਉਣਾ ਹੈ ਤੋ ਬਗਾ ਦਿਓ, ਥੋੜ੍ਹਾ ਸਾ। ਹਾਂ ਬੱਲੇ ਤੇਰੇ, ਇਹ ਊਠਾਂ ਦਾ ਕੰਮ ਜ਼ਿਆਦਾਤਰ ਤੁਹਾਨੂੰ ਪਤਾ ਵੀ ਰੇਤ ਤੋਂ ਲਿਆ ਜਾਂਦਾ, ਕਿਉਂਕਿ ਇਹਦੇ ਵਿੱਚ ਕਪੈਸਿਟੀ ਹੁੰਦੀ ਆ ਕਿ ਪਾਣੀ ਆਪਦੇ ਪੇਟ ਦੇ ਵਿੱਚ ਸੇਵ ਕਰ ਸਕਦਾ, ਹੈ ਨਾ। ਇਹਨੂੰ ਧਿਆਨ ਨਹੀਂ ਲੱਗਦੀ, 7-10 ਦਿਨ ਤੱਕ ਇਹਦੀ ਹੁੰਦੀ ਆ, ਮਹੀਨਾ, ਹਾਂ ਮਹੀਨਾ ਹੁੰਦੀ ਹੈ 1-30 ਦਿਨ ਵੀ ਇਹ ਪਾਣੀ ਆਪਦਾ ਪੇਟ 'ਚ ਸਟੋਰ ਕਰਕੇ ਰੱਖ ਸਕਦਾ। ਮੈਂ ਤਾਂ ਸੁਣਿਆ ਸੀ 8 ਦਿਨ ਤੱਕ ਹੁੰਦੀ ਆ, 1 ਮਹੀਨਾ ਹੁੰਦੀ ਠੀਕ, ਮੈਨੂੰ ਇੱਕ ਫਿਲਮ 'ਚੋਂ ਪਤਾ ਲੱਗਿਆ ਸੀਗਾ, ਹਾਲੀਵੁੱਡ ਮੂਵੀ ਆ ਉਹਦੇ 'ਚ ਕਹਿੰਦਾ ਹੁੰਦਾ 10 ਦਿਨ ਤੱਕ। ਬਹੁਤ ਅੱਛਾ ਨਜ਼ਾਰਾ ਆ ਰਿਹਾ ਹੈ ਵੀ, ਆਨੰਦ ਲੈਣਾ ਚਾਹੀਦਾ ਹੁਣ ਬੀਚ ਦੇ ਨਾਲ। ਤੁਸੀਂ ਦੇਖੋ ਉੱਧਰ ਸਨ, ਹਾਂ ਸਨਸੈੱਟ ਹੋ ਰਿਹਾ, ਸਨਰਾਈਜ਼ ਹੁੰਦਾ, ਸਨ ਚੜ੍ਹਨਾ ਹੈ ਨਾ ਸੁਬਹਾ ਸੁਬਹਾ, ਇਹ ਚੀਜ਼ ਦਾ ਮੈਨੂੰ ਭੁਲੇਖਾ ਪੈ ਜਾਂਦਾ। ਆਹ ਵੇ ਘੋੜੇ ਵੀ ਆ ਇੱਧਰ ਪਾਸੇ, ਘੋੜੇ ਵੀ ਦਿਖਾ ਦੇ। ਮੇਲਾ ਲੱਗਿਆ ਪਿਆ ਪੂਰਾ ਯਾਰ, ਜਿਵੇਂ ਪੰਜਾਬ ਦੇ ਵਿੱਚ ਛੋਟਾ ਮੇਲਾ ਨਹੀਂ ਲੱਗਦਾ ਹੁੰਦਾ ਕੋਈ, ਉਨਾ ਕੁ ਇਕੱਠ ਤਾਂ ਹੈਗਾ ਇੱਥੇ, ਇੰਨੀ ਕੁ ਰੌਣਕ ਹੁੰਦੀ ਆ। ਆਪਾਂ ਜਮਾਂ ਸਹੀ ਟਾਈਮਿੰਗ 'ਤੇ ਆਏ ਸੀ, ਆਪਾਂ ਸ਼ਾਮ ਨੂੰ ਆਏ ਹਾਂ ਹੁਣ, ਅਤੇ ਵਧੀਆ ਇੰਜੋਏ ਕਰਕੇ ਫਿਰ ਆਪਾਂ ਅੱਜ ਜਿਹੜੀ ਸਟੇਅ ਆ ਉਹ ਸੂਰਤ ਸਿਟੀ ਦੇ ਵਿੱਚ ਹੀ ਸਟੇਅ ਕਰਨੀ ਆ, ਅਤੇ ਕੱਲ੍ਹ ਨੂੰ ਆਪਾਂ ਰਵਾਨਗੀ ਕਰਾਂਗੇ ਬੋਂਬੇ ਵੱਲ ਨੂੰ। ਇੱਥੋਂ ਪੂਰਾ ਘੁੰਮ ਕੇ ਆਨੰਦ ਲੈ ਕੇ ਬਸ ਸਿਰਾ ਯਾਰ, ਜ਼ਿੰਦਗੀ ਦਾ ਸਵਾਦ ਲਓ, ਕੀ ਲੈ ਜਾਣਾ ਕੀ ਰਹਿ ਜਾਣਾ ਇਹ ਤਾਂ ਰੱਬ ਨੂੰ ਪਤਾ, ਜ਼ਿੰਦਗੀ ਦੇ ਨਜ਼ਾਰੇ ਲਓ ਬਸ ਜਿੰਨੇ ਹੋ ਸਕੇ। ਭਜਾ ਕੇ ਰੋਕ ਦੇ, ਬਗਾ ਦਿਓ। ਬਹੁਤ ਅੱਛੀ ਰਾਈਡ ਦਵਾਈ ਆ ਆਪਣੀ ਕੈਮਲ ਕਾਰ, ਔਰ ਅੱਛੀ ਚਲਤੀ ਹੈ ਜ਼ਿੰਦਗੀ। ਨਹੀਂ ਕੋਈ ਬਾਤ ਨਹੀਂ, ਜਬ ਹਸ ਮਿਲੇਗਾ ਤਾਂ ਹਮ ਜ਼ਰੂਰ ਮਿਲੇਗੇ ਅਗਲੀ ਵਾਰ, ਠੀਕ ਆ। ਬਹੁਤ ਅੱਛਾ ਲੱਗਾ ਤੁਹਾਡੀ ਸੂਰਤ ਮੇਂ ਆ ਕੇ। ਜਿਵੇਂ ਜਿਵੇਂ ਸੂਰਜ ਡੁੱਬੀ ਜਾਂਦਾ ਉਵੇਂ ਉਵੇਂ ਤੁਸੀਂ ਦੇਖੋ ਵੀ ਵਿਊ ਦਾ ਜਿਹੜਾ ਸ਼ਿੰਗਾਰ ਆ ਉਹ ਹੋਰ ਬਹੁਤ ਜ਼ਿਆਦਾ ਵੱਧਦਾ ਜਾਂਦਾ, ਅਤੇ ਉਵੇਂ ਉਵੇਂ ਲੋਕ ਵੀ ਘੱਟਦੇ ਜਾ ਰਹੇ ਆ, ਬੀਚ ਤੋਂ ਘਰਾਂ ਵੱਲ ਨੂੰ ਜਾ ਰਹੇ ਆ, ਅਤੇ ਗੋਰੇ ਵੀ ਮਿਲਦੇ ਆ, ਟੂਰਿਸਟ ਅਟਰੈਕਸ਼ਨ ਜਿਹੜੇ ਰੱਖਦੇ ਆ ਗੋਰੇ ਘੁੰਮਣ ਆਉਂਦੇ ਆ ਇੰਡੀਆ, ਉਹ ਜ਼ਰੂਰ ਇੱਥੇ ਆਉਂਦੇ ਆ। ਬਹੁਤ ਵਧੀਆ ਲੱਗਦਾ ਇੱਥੇ ਯਾਰ ਘੁੰਮ ਫਿਰ ਕੇ,
ਪਰ ਪਾਣੀ ਨਹੀਂ ਹਜੇ ਇੱਥੇ ਇੰਨਾ, ਤੁਹਾਨੂੰ ਪਤਾ ਵੀ ਪਾਣੀ ਹੈ ਨਹੀਂ। ਆਪਾਂ ਕੈਮਲ ਸਫਾਰੀ ਕੀਤੀ ਸੀ, ਹੁਣ ਆਪਾਂ ਜਾਂਦੇ ਹਾਂ ਬਾਈਕ ਲੈ ਕੇ, ਤੁਰਦੇ ਹਾਂ ਬਸ ਥੋੜ੍ਹੇ ਟਾਈਮ ਤੱਕ। ਇਹਨਾਂ ਦੇ ਬਈ ਪਾਣੀ 10 ਵਜੇ ਚੜ੍ਹਦਾ ਰਾਤ ਨੂੰ, ਅਤੇ 1 ਵਜੇ ਫਿਰ ਉੱਤਰ ਜਾਂਦਾ, ਅਤੇ ਚੜ੍ਹਦਾ ਤੁਹਾਨੂੰ ਦੱਸਦਾ ਕਿੰਨਾ ਕਾ ਵੀ ਉਹ ਟੈਂਪੂ ਜਿਹੜਾ ਉਹਦੇ ਟਾਇਰਾਂ ਤੱਕ ਜਾ ਵੜਦਾ, ਇੱਥੋਂ ਜਿੰਨੀ 5-7 ਫੁੱਟ ਹਾਈਟ ਇੰਨੀ ਇੰਨਾ ਉੱਚਾ ਚੜ੍ਹ ਜਾਂਦਾ। ਅਤੇ ਆਹ ਹੁਣ ਆਪਾਂ ਰੋਲ ਜਿਹੇ ਕਰਾਏ ਆਪਾਂ 2, ਅਤੇ ਛਕਲ ਕੇ ਫਿਰ ਆਪਾਂ ਚੱਲਦੇ ਹਾਂ। ਬਾਈ ਆ ਬਹੁਤ ਸਵਾਦ ਸੀ। ਲਓ ਬਾਈ ਆਪਾਂ ਬਾਈਕ ਕੱਢ ਲਈ ਇੱਥੋਂ ਬਾਹਰ, ਅਤੇ ਹੁਣ ਆਪਾਂ ਜਾਂਦੇ ਹਾਂ ਜਿੱਥੇ ਆਪਾਂ ਅੱਜ ਦਾ ਟਿਕਾਣਾ ਬਣਾਉਣਾ ਪੈਣ ਵਾਲਾ। ਬਾਈ ਜਦੋਂ ਸੂਰਤ ਤੋਂ ਡੂਮਸ ਬੀਚ ਵੱਲ ਨੂੰ ਜਾਂਦੇ ਹਾਂ ਨਾ ਗੁਜਰਾਤ 'ਚ, ਅਤੇ ਬਾਈ ਯਾਰ ਇੰਨੀਆਂ ਸਾਫ਼ ਸੜਕਾਂ ਹੁੰਦੀਆਂ, ਅਤੇ ਉੱਧਰਲੀ ਸਾਈਡ ਹੀ ਏਅਰਪੋਰਟ ਆ, ਇੰਨੀ ਸਫਾਈ ਯਾਰ, ਐਂ ਲੱਗੂਗਾ ਤੁਹਾਨੂੰ ਕਿਸੇ ਵੀ ਇੰਡੀਆ 'ਚ ਤੁਸੀਂ ਹੈ ਹੀ ਨਹੀਂ। ਇੰਨੀਆਂ ਸਕਰੀਨਾਂ ਲੱਗੀਆਂ, ਗੱਲਬਾਤ ਆ ਪੂਰੀ ਬਾਈ, ਗੱਲਬਾਤ ਗੁਜਰਾਤ ਦੀ। ਆਪਾਂ ਜੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਰਾਂ ਦੇ ਵਿੱਚ ਆਏ ਹਾਂ। ਇੱਥੇ ਗੁਰਦੁਆਰਾ ਸਾਹਮਣੇ ਤੁਸੀਂ ਦੇਖ ਸਕਦੇ ਹੋ। ਆ ਇਹਨਾਂ ਨੇ ਬਾਈ ਆਪਾਂ ਨੂੰ ਰੂਮ ਦਿੱਤਾ, ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ ਚੈੱਕ ਕਰੋ, ਵਧੀਆ ਯਾਰ। ਹੁਣ ਕੱਲ੍ਹ ਦੇ ਵਲੋਗ 'ਚ ਆਪਾਂ ਤੁਹਾਨੂੰ ਮਿਲਾਂਗੇ ਬੋਂਬੇ। ਬੋਂਬੇ ਨੂੰ ਜਾਣਾ ਕੱਲ੍ਹ ਦੇ ਵਲੋਗ 'ਚ। ਬੋਂਬੇ ਉਹਦਾ ਪਹਿਲਾ ਸਿਟੀ ਦਾ ਨਾਮ ਸੀ, ਬਾਅਦ 'ਚੋਂ ਮੁੰਬਈ ਧਰਤਾ, ਅਤੇ ਉਹ ਇੱਥੋਂ ਹੈਗਾ ਸਿਰਫ 250 ਕਿਲੋਮੀਟਰ ਦੂਰ। ਕੱਲ੍ਹ ਨੂੰ ਜਾਵਾਂਗੇ ਆਪਾਂ ਬੋਂਬੇ ਵਾਲਿਆਂ ਨੂੰ, ਬੋਂਬੇ ਸਾਰਾ ਘੁੰਮਣਾ, ਫਿਰ ਵੇਖਦੇ ਹਾਂ ਆਪਾਂ ਅਗਲੇ ਸਫ਼ਰਾਂ 'ਤੇ ਕਿੱਧਰ ਨੂੰ ਜਾਣਾ, ਕਿਹੜੇ ਸ਼ਹਿਰ ਵੱਲ ਨੂੰ ਜਾਣਾ। ਬਸ ਤੁਸੀਂ ਇੱਦਾਂ ਹੀ ਵਲੋਗਾਂ ਨੂੰ ਪਿਆਰ ਦਿੰਦੇ ਰਹੋ, ਆਪਣਾ ਜਿਹੜਾ ਟੂਰ ਆ ਇਹ ਚੱਲਦਾ ਰਹੂਗਾ। ਸਤਿ ਸ਼੍ਰੀ ਅਕਾਲ ਵੀਰੇ, ਅੱਜ ਦੀ ਵਲੋਗ ਦੀ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤੀ। ਸਰੀਰ ਜੋ ਹੈ ਨਾ ਆਪਣਾ ਗਾਉਂ ਘੁੰਮ ਰਹੇ ਹਾਂ ਬਾਈ, ਬਹੁਤ ਪਾਣੀ ਨਾ ਥੋੜ੍ਹਾ ਜਿਹਾ ਖਾਰਾ ਇਸ ਕਰਕੇ ਮੈਨੂੰ ਲੱਗ। 1 2 3 ਪਹਿਲੇ ਦਿਨ ਟੈਂਟ ਲਾਇਆ ਸੀ ਆਪਾਂ,